ਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਖੜੇ ਆ ਕਰੋਸ਼ੀਆ ਦੇ ਪੋਰਟ ਸਿ ਸ਼ਹਿਰ ਦੇ ਨੇੜੇ ਬਣਿਆ ਇੱਕ ਬੀਚ ਤੇ ਜਿੱਥੇ ਮੈਂ ਪਹਿਲੀ ਵਾਰੀ ਇੱਕ ਚੀਜ਼ ਦੇਖੀ ਆ ਚਲੋ ਵੈਸੇ ਤੇ ਆਪਾਂ ਜਿੰਨੇ ਸਾਰੇ ਪੰਜਾਬ ਵਿੱਚ ਰਹਿੰਦੇ ਆ ਜਾਂ ਹਰਿਆਣਾ ਪੰਜਾਬ ਲਾਗੇ ਲਾਕੇ ਆਪਣੇ ਕੋਲ ਸਮੁੰਦਰ ਹੈ ਹੀ ਨਹੀਂਗਾ ਤੇ ਮੈਨੂੰ ਬੜੀ ਹੈਰਾਨੀ ਹੋਈ ਚੀਜ਼ ਦੇਖ ਕੇ ਜੇ ਪਹਿਲਾਂ ਦੇਖੇ ਵੀ ਹੋਣਗੇ ਤਾਂ ਇਦਾਂ ਦਾ ਕਦੀ ਨਜ਼ਾਰਾ ਨਹੀਂ ਦੇਖਿਆ ਹੋਵੇਗਾ ਤੇ ਮੈਨੂੰ ਬੜੀ ਹੈਰਾਨੀ ਹੋਈ ਦੇਖ ਕੇ ਤੇ ਪਰ ਮੈਨੂੰ ਸਮਝ ਵੀ ਨਹੀਂ ਆ ਰਹੀ ਕਿ ਐਵੇਂ ਕਿੱਦਾਂ ਹੋ ਸਕਦਾ ਆ ਆ ਸਾਹਮਣੇ ਤੁਸੀਂ ਦੇਖ ਰਹੇ ਆ ਸਮੁੰਦਰ ਆ ਆ ਜਿਹੜਾ ਸਮੁੰਦਰੀ ਆ ਲਾਈਨ ਦਿਖ ਰਹੀ ਏ ਇੱਕ ਆ ਲਾਈਨ ਦਿਖ ਰਹੀ ਏ ਜਿਹੜੀ ਇਹ ਸਮੁੰਦਰ ਦੀ ਲਾਈਨ ਆ ਇਹ ਮੈਂ ਜ਼ੂਮ ਕਰਕੇ ਦਿਖਾ ਰਿਹਾ ਵਾਂ ਤਾਂ ਕਿ ਪਤਾ ਲੱਗ ਜਵੇ ਤੇ ਇਹ ਤੁਸੀਂ ਦੇਖ ਸਕਦੇ ਆ ਦਰਖਤਾਂ ਤੋਂ ਵੀ ਉੱਚਾ ਵਾ ਪਿੱਛੇ ਉਹ ਪਾਣੀ ਤੇ ਸਵਾਲ ਇਹ ਹੈ ਜਿਹੜੀ ਸਮਝ ਨਹੀਂ ਲੱਗ ਰਹੀ ਇਹ ਗੱਲ ਆ ਕਿ ਜੇਕਰ ਇਹ ਪਾਣੀ ਪਿੱਛੇ ਇੰਨਾ ਉੱਚਾ ਹੈ ਤਾਂ ਇਹ ਪਾਣੀ ਅੱਗੇ ਕਿਉਂ ਨਹੀਂ ਆ ਰਿਹਾ ਤੇ ਇਹ ਦਿੱਖਦਾ ਰਿਹਾ ਇਹ ਸਾਹਮਣੇ ਕੇ ਪਾਣੀ ਕਿੰਨੇ ਪਾਣੀ ਦਾ ਲੈਵਲ ਕਿੰਨਾ ਉੱਚਾ ਹੈ ਜੇਕਰ ਕੋਈ ਵੀ ਸ਼ਿਪ ਆ ਜਾਂਦੀ ਹੈ ਤਾਂ ਤੁਹਾਨੂੰ ਵੀ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਥੋੜੀ ਦੇਰ ਪਹਿਲਾਂ ਸ਼ਿਪ ਘੁੰਮ ਰਹੀ ਸੀਗੀ ਤੇ ਮੈਂ ਵੀਡੀਓ ਬਣਾਉਣ ਚ ਲੇਟ ਹੋ ਗਿਆ ਥੋੜਾ ਜਿਹਦੇ ਵਿੱਚ ਕਲੀਅਰ ਦਿਖਣਾ ਸੀ ਕਿ ਉਹ ਪਾਣੀ ਦਾ ਲੈਵਲ ਕਿੰਨਾ ਉੱਚਾ ਪਿੱਛੇ ਉਹ ਦੇਖੋ ਉਹ ਦੇਖੋ ਸ਼ਿਪ ਆ ਗਈ ਸਾਹਮਣੇ ਇੱਕ ਦੇਖੋ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਜ਼ੂਮ ਕਰਕੇ ਉਹ ਸ਼ਿਪ ਜਾ ਰਹੀ ਹੈ ਇੱਕ ਪਾਣੀ 'ਚ ਉਮੀਦ ਕਰਦਾ ਕਿ ਸਾਰਿਆਂ ਨੇ ਦੇਖੀ ਗਈ ਹੋਵੇ ਦੇਖੋ ਹੁਣ ਸਾਰਿਆਂ ਨੂੰ ਸਮਝ ਆ ਰਹੀ ਹੋਵੇਗੀ ਕਿ ਸੱਚੇ ਪਾਣੀ ਪਿੱਛੇ ਉਹ ਕਿੰਨਾ ਉੱਚਾ ਪਾਣੀ ਦਾ ਲੈਵਲ ਹੈ ਆ ਦੇਖੋ ਆ ਦਰਖਤ ਲੱਗੇ ਆ ਇਹ ਵੀ ਕੁਛੋਟੇ ਨਹੀਂ ਲੱਗੇ ਬੰਦੇ ਲੱਗੇ ਆ ਰਹੇ ਆ ਇਹ ਦਰਖਤ ਵੱਡੇ ਹੀ ਆ ਇਹ ਤੇ ਪਰ ਪਿਛੇ ਉਹ ਪਾਣੀ ਦਾ ਲੈਵਲ ਕਿੰਨਾ ਉੱਚਾ ਹੈ ਇਹ ਸਾਰੇ ਦੱਸਿਓ ਜਰੂਰ ਕਿ ਇਹ ਪਾਣੀ ਅੱਗੇ ਕਿਉਂ ਨਹੀਂ ਆ ਰਿਹਾ ਪਾਣੀ ਪਿਛੇ ਹੀ ਕਿਉਂ ਖੜਾ ਹੈ ਧੰਨਵਾਦ ਜੀ